ਜਦ ਵੀ ਅਸੀਂ ਆਟੋ ਕੈਡ ਖੋਲਦੇ ਹਾਂ ਤਾਂ ਸਾਡੇ ਕੋਲ ਸਟਾਰਟਿੰਗ 'ਚ ਆਹ ਸਕਰੀਨ ਆਉਂਦੀ ਹੈ ਨੰਬਰ, ਠੀਕ ਹੈ। ਹੁਣ ਮੈਂ ਇੰਚਾਂ 'ਚ ਕੰਮ ਕਰਨਾ ਕਿ ਮਿਲੀਮੀਟਰ 'ਚ ਕੰਮ ਕਰਨਾ, ਏ ਕੈਡ ਇੰਚਾਂ ਵਾਸਤੇ ਅਤੇ ਏ ਕੈਡ ਆਈ ਐੱਸ ਓ, ਸਿਰਫ ਏ ਕੈਡ ਆਈ ਐੱਸ ਓ, ਇਹ ਮਿਲੀਮੀਟਰ ਵਾਸਤੇ, ਠੀਕ ਹੈ। ਜਿਹੜਾ ਕਲਿੱਕ ਕਰ ਦਾਂਗੇ ਉਹ ਯੂਨਿਟ ਖੁੱਲ ਜੂਗੀ। ਹੁਣ ਜੇ ਆਪਾਂ ਇੱਥੇ ਲਿਖੀਏ ਯੂਨਿਟ ਤਾਂ ਸਾਨੂੰ ਦਿਖਾਊਗਾ ਇਹ ਕਿ ਵੀ ਕਿ ਇੰਚਾਂ 'ਚ ਹੈਗੀ ਹੈ ਡਰਾਇੰਗ ਕਿ ਮਿਲੀਮੀਟਰ 'ਚ ਹੈਗੀ ਹੈ, ਕਿਉਂਕਿ ਅਸੀਂ ਏ ਕੈਡ ਆਈ ਐੱਸ ਵਾਲਾ ਲਿਆ ਸੀਗਾ ਇਸ ਕਰਕੇ ਇੱਥੇ ਮਿਲੀਮੀਟਰ ਆ ਗਿਆ, ਠੀਕ ਹੈ। ਯਾਨੀ ਕਿ ਹੁਣ ਜੋ ਵੀ ਲਾਈਨ ਲੱਗੂਗੀ, ਹੁਣ ਮੈਂ 100 ਲਿਖਿਆ ਤਾਂ ਇਹ ਦੈਟ ਮੀਨਸ 100 ਮਿਲੀਮੀਟਰ, ਠੀਕ ਹੈ। ਇਹਨੂੰ ਜੇ ਆਪਾਂ ਚੈੱਕ ਕਰ ਸਕਦੇ ਹੈਗੇ ਹਾਂ ਲਾਈਨ, ਠੀਕ ਹੈ। ਯਾਨੀ ਕਿ ਇਹ 100 ਮਿਲੀਮੀਟਰ ਹੈ। ਇੱਕ ਸ਼ਾਰਟਕੱਟ ਕੀ ਹੈਗੀ ਹੈ ਸਾਡੇ ਕੋਲ, ਕਾਪੀ ਦੇ ਦਿਓ, ਕਾਪੀ ਦੇ ਦਿਓ, ਕੰਟਰੋਲ 0, ਕੰਟਰੋਲ 0 ਨਾਲ ਸਾਰੀਆਂ ਕਮਾਂਡਾਂ ਹਾਈਡ ਹੋ ਜਾਣਗੀਆਂ ਸਾਡੇ ਕੋਲ, ਕੰਟਰੋਲ 0 ਦੇ ਨਾਲ ਹੀ ਵਾਪਸ ਆਉਣਾ, ਠੀਕ ਹੈ। ਕੰਟਰੋਲ 0, ਇੱਕ ਹੈਗੀ ਹੈ ਕੰਟਰੋਲ 9, ਇਹਦੇ ਨਾਲ ਕਮਾਂਡ ਲਾਈਨ ਆਫ ਹੋ ਜਾਂਦੀ ਹੈ, ਕੰਟਰੋਲ 9 ਦੇ ਨਾਲ ਹੀ ਵਾਪਸ ਆਉਂਦਾ, ਠੀਕ ਹੈ। ਕੰਟਰੋਲ 9 ਦਬਾਵਾਂਗੇ, ਕਈ ਵਾਰੀ ਤੁਸੀਂ ਹੋ ਸਕਦਾ ਨਾ ਤੁਸੀਂ ਕੰਪਨੀ ਗਏ ਕਿਸੇ ਉਹਨਾਂ ਨਾਲ ਬੰਦ ਹੋਈ ਹੋਈ ਹੈ, ਠੀਕ ਹੈ, ਜਾਂ ਕਮਾਂਡਾਂ ਉਹਨਾਂ ਨੇ ਹਾਈਡ ਕੀਤੀਆਂ ਹੋਈਆਂ ਅਤੇ ਸਾਨੂੰ ਖੋਲ੍ਹਣੀ ਆਉਣੀ ਚਾਹੀਦੀ ਹੈ, ਠੀਕ ਹੈ। ਹੁਣ ਇਹ ਜਿਹੜਾ ਸਿੰਬਲ ਨਜ਼ਰ ਆ ਰਿਹਾ ਇਹਨੂੰ ਕਹਿੰਦੇ UCS, ਯੂਜ਼ਰ ਕੋਆਰਡੀਨੇਟ ਸਿਸਟਮ, UCS। ਇਹਦੀ ਖਾਸੀਅਤ ਕੀ ਹੁੰਦੀ ਹੈ, ਇਹਦੀ ਐਕਸ, ਵਾਈ ਅਤੇ ਜ਼ੈਡ ਤਿੰਨੋਂ 0-0 ਹੁੰਦੇ, ਠੀਕ ਹੈ। ਇੱਥੇ ਐਕਸ, ਵਾਈ, ਜ਼ੈਡ 0-0 ਹੁੰਦੇ, ਯਾਨੀ ਇੱਕ ਤਰੀਕੇ ਨਾਲ ਓਰੀਜਨ ਪੁਆਇੰਟ ਹੋਵੇ, ਇੱਥੋਂ ਚੱਲਣੀ ਹਾਂ, ਨਹੀਂ ਇੱਥੋਂ ਨਹੀਂ ਚੱਲਣੀ, ਇਹ 0-0 ਪੁਆਇੰਟ ਹੈ, ਡਿਮੈਂਸ਼ਨ ਤਾਂ ਆਪਾਂ ਕਿਤੋਂ ਵੀ ਦੇ ਸਕਦੇ ਹਾਂ, ਠੀਕ ਹੈ। ਇੱਥੋਂ ਇਹ 0-0 ਪੁਆਇੰਟ ਹੈ, ਸਮਝ ਕੇ ਚੱਲ, ਜਿੱਥੇ UCS ਪਿਆ ਹੋਊਗਾ ਉੱਥੇ 0 ਹੋਊਗਾ, ਇਹਨੂੰ ਮੈਂ ਚੱਕ ਕੇ ਕਿਤੇ ਹੋਰ ਵੀ ਰੱਖ ਸਕਦਾ, ਹੁਣ ਉਹ 0 ਹੋ ਗਿਆ, ਜਿੱਥੇ UCS ਹੈ ਉਹ 0 ਪੁਆਇੰਟ, ਠੀਕ ਹੈ। ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਲਗਾਉਣਾ ਚਾਹੁੰਦੇ ਹਾਂ ਲਾਈਨ, ਮੈਂ ਲਾਈਨ ਲਿੱਤੀ, ਕਿਸੇ ਵੀ ਪੁਆਇੰਟ 'ਤੇ ਕਲਿੱਕ ਕੀਤਾ ਅਤੇ ਲਾਈਨ ਲੱਗਣੀ ਸ਼ੁਰੂ ਹੋ ਜਾਂਦੀ ਹੈ, ਨੈਕਸਟ ਪੁਆਇੰਟ, 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 ਜਿੱਥੇ ਜਿੱਥੇ ਮੈਂ ਕਲਿੱਕ ਕਰੀ ਜਾਊਂਗਾ ਉੱਥੇ ਉੱਥੇ ਲਾਈਨ ਲੱਗੀ ਜਾਊਗੀ। ਬਟ ਦਿੱਕਤ ਕੀ ਹੈ, ਸਾਨੂੰ ਇਹ ਨਹੀਂ ਪਤਾ ਕਿੰਨੀ ਲੰਬੀ ਲਾਈਨ ਹੈ, ਅਸੀਂ ਕੀ ਕਰਾਂਗੇ, ਲਾਈਨ ਲਗਾਵਾਂਗੇ, ਵੈਲਿਊ ਭਰਾਂਗੇ, ਐਂਟਰ, ਆ ਦੇਖੋ 100 'ਤੇ ਜਾ ਕੇ ਆਟੋਮੈਟਿਕਲੀ ਬ੍ਰੇਕ ਹੋ ਜਾਣਾ, ਵੈਲਿਊ ਦਿਓ, ਐਂਟਰ, ਮਾਊਸ ਦੇ ਨਾਲ ਡਾਇਰੈਕਸ਼ਨ ਦੇਣੀ ਹੈ, ਵੈਲਿਊ ਦੇਣੀ ਹੈ, ਡਾਇਰੈਕਸ਼ਨ ਦਿਓ, ਵੈਲਿਊ ਦਿਓ, ਡਾਇਰੈਕਸ਼ਨ ਦਿਓ, ਵੈਲਿਊ, ਠੀਕ। ਮਾਊਸ ਦਾ ਕੀ ਕੰਮ ਹੈ, ਇਹ ਜ਼ੂਮ ਇਨ ਜ਼ੂਮ ਆਊਟ ਹੋਊਗਾ ਸਕਰੋਲ ਦੇ ਨਾਲ, ਜਿਹੜੀ ਚੀਜ਼ ਨੂੰ ਦੇਖਣਾ ਹੈ ਉਹਦਾ ਪਿੱਛਾ ਕਰਨਾ ਆਪਾਂ, ਠੀਕ ਹੈ। ਉਹ ਦੂਰ ਜਾਣ ਦੀ ਕੋਸ਼ਿਸ਼ ਕਰੂਗੀ, ਅਸੀਂ ਉਹਦੇ ਨੇੜੇ ਜਾਣਾ, ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਦੇਖਣਾ ਇਹਨੂੰ ਹੈ ਤਾਂ ਤੁਸੀਂ ਘੁਮਾਈ ਇੱਧਰ ਜਾਂਦੇ, ਠੀਕ ਹੈ। ਸਕਰੋਲ ਵਾਲੇ ਬਟਨ ਨੂੰ ਦਬਾ ਕੇ ਰੱਖਾਂਗੇ ਤਾਂ ਪੈਨ ਹੋਊਗਾ, ਠੀਕ ਹੈ। ਜੇ ਸਕਰੋਲ ਵਾਲੇ ਬਟਨ ਨੂੰ ਡਬਲ ਕਲਿੱਕ ਕਰ ਦੂੰਗਾ ਤਾਂ ਜ਼ੂਮ ਫਿੱਟ ਹੋਊਗਾ, ਮੈਂ ਪੂਰੀ ਸਕਰੀਨ ਦੇ ਵਿੱਚ ਫਿੱਟ ਹੋ ਗਿਆ, ਠੀਕ ਹੈ। ਡਬਲ ਕਲਿੱਕ ਕਰਾਂਗੇ ਸਕਰੀਨ ਦੇ ਵਿੱਚ ਫਿੱਟ ਹੋ ਗਿਆ ਸਕਰੋਲ ਵਾਲੇ ਬਟਨ ਨੂੰ, ਠੀਕ ਹੈ। ਹੁਣ ਆਪਾਂ ਗੱਲ ਕਰ ਰਹੇ ਸੀਗੇ ਵੀ ਲਾਈਨ ਦੀ, ਵੀ ਲਾਈਨ ਲਿੱਤੀ, ਕਲਿੱਕ ਕੀਤਾ, ਠੀਕ ਹੈ, ਡਾਇਰੈਕਸ਼ਨ ਦਿੱਤੀ, ਵੈਲਿਊ ਦਿੱਤੀ, ਬਟ ਅਸੀਂ ਲਾਈਨ ਲਗਾਉਣਾ ਚਾਹੁੰਦੇ ਹਾਂ ਸਿੱਧੀ ਸਟਰੇਟ, ਤਾਂ ਇੱਥੇ ਆਪਸ਼ਨ ਹੈ ਸਾਡੇ ਕੋਲ ਔਰਥੋ ਮੋਡ। ਜੇ ਮੈਂ ਔਰਥੋ ਨੂੰ ਔਨ ਕਰ ਦੇਵਾਂ, ਇਸ ਟਾਈਮ ਬੰਦ ਹੈ, ਜਿਹੜੇ ਬਲਿਊ ਨੇ ਉਹ ਔਨ ਹੈ, ਜਿਹੜੇ ਬਲਿਊ ਨਹੀਂ ਹੈਗੇ ਉਹ ਔਫ ਹੈ। ਔਰਥੋ ਔਨ ਕਰ ਲਿਆ ਤਾਂ ਸਿੱਧੀ ਹੀ ਲਾਈਨ ਲੱਗੂਗੀ, ਜੇ ਔਰਥੋ ਬੰਦ ਹੈ ਤਾਂ ਜਿੱਦਾਂ ਮਰਜ਼ੀ, ਔਰਥੋ ਔਨ ਹੈ ਤਾਂ ਸਟਰੇਟ ਲਾਈਨ ਲੱਗੂ, ਠੀਕ ਹੈ। ਵੈਲਿਊ ਦਿੱਤੀ, ਐਂਟਰ, ਆ ਦੇਖੋ ਇਹ ਆਟੋਮੈਟਿਕਲੀ ਇਹਨੇ 100 'ਤੇ ਜਾ ਕੇ ਬ੍ਰੇਕ ਹੋ ਜਾਣਾ, ਨਜ਼ਰ ਆ ਰਿਹਾ ਬ੍ਰੇਕ ਹੋਇਆ, ਹਾਂਜੀ ਸਰ, ਠੀਕ ਹੈ।
ऊपर गए वैल्यू दी एंटर, इधर गए वैल्यू दी एंटर, थले आए वैल्यू दी एंटर। ठीक है, 100 बाय 100 का रेक्टेंगल है, गल समझे। आपां की कीता, शुरू तो करते हैं। सब तो पहला आपां ये कैड़ा आई एस ओ लिया क्योंकि असीं मिलीमीटर च बनाना चाह रहे सी। ठीक है, लाइन लिती, क्लिक किया, ऑर्थो ऑन कर लिया ताकि सीधी लाइन लगे। वैल्यू एंटर पर गए, वैल्यू एंटर, माउस ना कुछ नहीं करना, माउस ना सिर्फ डायरेक्शन देनी है भाई किधर नू जाना। ठीक है, ठीक है, 100 बाय 100 का साडा रेक्टेंगल। एक साडे को इत्थे ऑप्शन है ऑब्जेक्ट स्नैप, जे इहनू मैं बंद कर देवां तां की हुंदा है, आ देखो मैं लाइन लैंदा, इत्थे पॉइंट ब्लिंक नहीं कर रहे, आपां लाइन लगा दिंदे हां थोड़ा जिहा वधिया तरीके नाल इत्थे, ऑर्थो बंद करके इत्थे। ठीक है, अपने वल्लों असीं बहुत सही लगाउण दी कोशिश कीती है पर ना इत्थे सही लगी ते ना ही इत्थे सही लगी। ठीक है, क्यों नहीं सही लगी, क्योंकि साढ़े माउस दे विच इन्नी जान ही नहीं है जिन्नी ऑटोकैड दे विच, इस करके सानू ऑब्जेक्ट स्नैप ऑन करना पैंदा। इहदे नाल की होगा, ये पॉइंट ब्लिंक करन लग जूगा, जिद्दां ही असीं इहदे नेड़े जावांगे, जिद्दां ही असीं नेड़े जावांगे ते वह पॉइंट ब्लिंक करन लग जूगा। जद पॉइंट ब्लिंक करे उदों क्लिक कर दो, जद पॉइंट ब्लिंक करे उदों क्लिक, फिर भावें जिन्ना मर्जी जूम करके देख लो सही। यानी एक तरीके ना मैगनेट का काम कर रहे हैं। हुण आपां इहदे मिड पॉइंट ते लाइन लगानी है ते सीधा आपां मिड पॉइंट ते क्लिक कर दो, नहीं तां कढ़णा पैंदा। ठीक है, बट कल्ले ऑब्जेक्ट स्नैप नाल गल नहीं बननी, इहदे नाल जे मिड पॉइंट मैं बंद करता फिर लाइन लूंगा फिर मिड पॉइंट नहीं आऊगा। यानी कि जिदा बटन दबाए तो पखा चलन चलाना आप, ठीक है, लाइट भी होनी चाहिए है, लाइट नहीं आई तो फिर नहीं चलना, भावें जिन्ना मर्जी बटन दबाई चले, यानी कि अंदरों भी ऑन होना चाहिए। समझे, ऑब्जेक्ट स्नैप। ऑर्थो की शॉर्टकट की हैगी है F8, देखो लिखे आ रहा है F8, ऑब्जेक्ट स्नैप की हैगी F3। ठीक है, ऑब्जेक्ट स्नैप का काम समझ आ गया ना, कि ये पॉइंट उदों ही ब्लिंक होगे जे ऑब्जेक्ट स्नैप ऑन है, जो ऑब्जेक्ट स्नैप बंद कर दूंगा फिर पॉइंट ब्लिंक नहीं होना। ठीक है, यानी ये ऑन ही होना चाहिए हमेशा। ऑब्जेक्ट स्नैप, लाइन लिती, क्लिक किया, ऑर्थो ऑन किया, वैल्यू दी एंटर, वैल्यू दी एंटर, वैल्यू दी एंटर, वैल्यू दी। ठीक, कोई भी लाइन डिलीट करनी है उन्होंने सिलेक्ट करो, डिलीट दबाओ तो डिलीट हो जाएगी। लाइन लिती, ये दोनों एंड पॉइंट क्लिक किया, लाइन ला। ठीक है, ये मिड पॉइंट तो ये मिड पॉइंट में लाता, ये मिड पॉइंट तो ये मिड पॉइंट। ठीक है, स्क्रॉल वाले बटन के नाल पैन, जे इन दबा के रखांगे पैन, जूम करांगे तो जूम इन जूम आउट, जिहड़ी चीज़ नूं देखना है उहदा पिछा करना। ठीक है, ये UCS है, जिथे UCS पिया होगा वह ओरिजिन पॉइंट होगा 0 0, इत्थे एक्स की वैल्यू, वाई की वैल्यू तो जैड की वैल्यू 0 0 होगी। ठीक है, कंट्रोल 0 नाल कमांडा हाइड, कंट्रोल 9 नाल कमांड लाइन हाइड। ठीक है, जब नवी फाइल खोलते हैं ए कैड ISO जरा टैंपलेट हैगा वो मिलीमीटर वास्ते। ठीक है, तो जोड़ा ए कैड टैंपलेट हैगा वो इंच। ठीक है, इन्नी गल समझ आ गई ना।